ਕਹਿ ਸਕਦਾ ਕਿ ਉਹਨਾਂ ਨੂੰ ਸੇਕ ਲੱਗਾ ਹੋਵੇਗਾ, ਪਰ ਨਹੀਂ, ਮੇਰੀ ਸੋਚ ਮੁਤਾਬਕ ਇਹ ਸੇਕ ਇਦਾਂ ਨਹੀਂ ਲੱਗਦੇ, ਕਿਉਂਕਿ ਰੂਹ ਜਿਹੜੀ ਆ ਉਹ ਜਦੋਂ ਬੱਚਿਆ ਸੇਕ ਉਦੋਂ ਲੱਗਣਾ ਹੈ, ਰੂਹ ਨੂੰ ਸੇਕ ਲੱਗਣਾ, ਕਿਉਂਕਿ ਸਰੀਰ ਜਿਹੜਾ ਇਹ ਤਾਂ ਪਤਾ ਹੀ ਆ ਕਿ ਇਹਨੂੰ ਤਾਂ ਉਦੋਂ ਨਹੀਂ ਲੱਗਦਾ ਜਦੋਂ ਕੁਆਂਟਣ ਬੱਦੀ ਇਹਦੇ ਉੱਤੇ ਬਾਲਣ ਪੈ ਜਾਂਦਾ, ਉਦੋਂ ਨਹੀਂ ਪਤਾ ਲੱਗਦਾ ਉਹ ਸੇਕ ਲੱਗਦਾ ਕਿਹਨੂੰ। ਜਿਹਨੂੰ ਸੇਕ ਲੱਗਦਾ ਜਦੋਂ ਉਹ ਅਸੀਂ ਜੀਂਦੇ ਜੀ ਸਾਈਡ 'ਤੇ ਕਰ ਲੈਂਦੇ ਹਾਂ, ਤਾਂ ਮੈਨੂੰ ਯਾਦ ਆਈ ਇੱਕ ਗੱਲ, ਜਦੋਂ ਨਾਮਧਾਰੀ ਪਰਿਵਾਰ ਦੇ ਉਹਨਾਂ ਨੂੰ ਉਹਨਾਂ ਦਾ ਓਪਰੇਸ਼ਨ ਹੋਣਾ ਸੀ ਔਰ ਉਹਨਾਂ ਨੂੰ ਕਿਹਾ ਗਿਆ ਕਿ ਇੰਜੈਕਸ਼ਨ ਲਾਉਣਾ ਤੁਹਾਡੇ, ਤੀਸਰੇ ਗੁਰੂ ਜੀ, ਤੀਸਰੇ ਗੁਰੂ ਦੀ ਗੱਲ ਹੈ ਕਿ ਉਹਨਾਂ ਦੇ ਇੰਜੈਕਸ਼ਨ ਲਾਉਣਾ ਸੀ, ਉਹ ਕਹਿੰਦੇ ਇੰਜੈਕਸ਼ਨ ਲਾ ਕੇ ਉਹ ਜਿਹੜੀ ਜਗ੍ਹਾ ਸੁੰਨ ਕਰਨੀ ਫਿਰ ਓਪਰੇਸ਼ਨ ਹੋਣਾ, ਉਹ ਕਹਿੰਦੇ ਨਹੀਂ ਇੰਜੈਕਸ਼ਨ ਨਹੀਂ ਲਾਉਣਾ ਤੁਸੀਂ ਓਪਰੇਸ਼ਨ ਕਰੋ। ਔਰ ਇਤਿਹਾਸ ਵਿੱਚ ਪਹਿਲਾ ਓਪਰੇਸ਼ਨ ਐਸਾ ਹੋਇਆ ਜਿਹਦੇ ਵਿੱਚ ਕੋਈ ਇੰਜੈਕਸ਼ਨ ਨਹੀਂ ਲੱਗਾ, ਸਾਰਾ ਓਪਰੇਸ਼ਨ ਸਹੀ ਸਲਾਮਤ ਹੋ ਗਿਆ। ਜਦੋਂ ਪਤਾ ਕੀਤਾ ਬਾਅਦ ਵਿੱਚ ਕਿ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ, ਉਹ ਕਹਿੰਦੇ ਅਸੀਂ ਹੈ ਹੀ ਨਹੀਂ ਸੀ ਇੱਥੇ, ਸਾਡਾ ਸਰੀਰ ਇੱਥੇ ਸੀ, ਤੁਸੀਂ ਜੋ ਕਰਨਾ ਸੀ ਕਰ ਲਿਆ, ਅਤੇ ਅਸੀਂ ਜਦੋਂ ਟਾਈਮ ਆ ਗਿਆ ਅਸੀਂ ਆ ਗਏ। ਇਸ ਕਰਕੇ ਸਾਡੇ ਜੋ ਬਜ਼ੁਰਗ ਨੇ, ਜੋ ਗੁਰੂ ਨੇ, ਪੀਰ ਪੈਗੰਬਰ ਔਲੀਏ ਵਲੀ, ਇਹ ਸਭ ਇਸ ਪੜਾਅ ਤੋਂ ਅੱਗੇ ਨਿਕਲ ਚੁੱਕੇ ਨੇ ਔਰ ਉਸ ਜਗ੍ਹਾ 'ਤੇ ਆ ਕੇ ਇਹ ਲੋਕਾਂ ਨੂੰ ਦੱਸਣ ਲਈ ਕਿ ਇਸ ਤਰ੍ਹਾਂ ਦੇ ਤਸੀਹੇ ਉਹਦੇ ਲਈ, ਆਪਣੇ ਰੱਬ ਲਈ, ਆਪਣੇ ਮੁਰਸ਼ਦ ਲਈ, ਆਪਣੇ ਗੁਰੂ ਲਈ ਸਹਿਣੇ ਪੈ ਸਕਦੇ ਨੇ, ਇਸ ਲਈ ਤਿਆਰ ਰਹੋ ਗੁਰੂ ਵਾਲੇ ਤਾਂ ਜ਼ਰੂਰੀ ਹੈ। ਤਾਂ ਲਓ ਅਗਲਾ ਕਲਾਮ ਪੇਸ਼ ਕਰੀਏ ਗੁਰੂ ਦੀ ਸਿਫਤ ਵਿੱਚ, ਜਦੋਂ ਪੈਰਾਂ ਉੱਤੇ ਚਾਹ ਸੀ ਬਣਾਈ ਤਾਂ ਮੱਚ ਗਈ ਦੁਹਾਈ। ਤਲਬ ਲੱਗੀ ਜਦੋਂ ਮੁਰਸ਼ਦ ਨੂੰ ਚਾਹ ਦੀ ਤਲਬ ਲੱਗੀ, ਉਹਨਾਂ ਝਟਪਟ ਹੁਕਮ ਬਜਾ ਛੱਡਿਆ। ਜਦੋਂ ਮੁਰਸ਼ਦ ਨੂੰ ਚਾਹ ਦੀ ਤਲਬ ਲੱਗੀ, ਉਹਨਾਂ ਝਟਪਟ ਹੁਕਮ ਬਜਾ ਛੱਡਿਆ। ਅਲੀ ਅਹਿਮਦ ਨੇ ਚੱਕ ਕੇ ਫਿਰ ਬਰਤਨ ਜਾ ਕੇ ਚੁੱਲ੍ਹੇ ਦੇ ਉੱਤੇ ਟਿਕਾ ਛੱਡਿਆ। ਪਹਿਲਾਂ ਚਾਹ ਬਣਾਉਣ ਲਈ ਚੁੱਲ੍ਹੇ 'ਤੇ ਰੱਖ ਦਿੱਤਾ, ਅੱਗੋਂ ਮੁਰਸ਼ਦ ਨੇ ਝਟਪਟ ਬਾਜ ਮਾਰੀ, ਐਦਾਂ ਚਾਹ ਤਾਂ ਰੋਜ਼ ਹੀ ਪੀਂਦੇ ਆ, ਅੱਜ ਪੈਰਾਂ 'ਤੇ ਬਣੀ ਚਾਹ ਪੀਵਣੀ ਹੈ, ਦੇਖੋ ਮਰਦੇ ਆ ਕੇ ਜੀਵਦੇ ਆ। ਮੁਰਸ਼ਦ ਵਾਲਾ ਵਿੱਚ ਝੁਲਕਾ ਇਸ਼ਕ ਦਾ ਲਾ ਛੱਡਿਆ। ਜਦੋਂ ਪੈਰਾਂ ਉੱਤੇ ਚਾਹ ਸੀ ਬਣਾਈ, ਜਦੋਂ ਪੈਰਾਂ ਉੱਤੇ ਚਾਹ ਸੀ ਬਣਾਈ, ਤੇ ਮੱਚ ਗਈ ਦੁਹਾਈ। ਜਦੋਂ ਪੈਰਾਂ ਉੱਤੇ ਚਾਹ ਸੀ ਬਣਾਈ, ਤੇ ਮੱਚ ਗਈ ਦੁਹਾਈ। ਤੇ ਮੱਚ ਗਈ ਦੁਹਾਈ, ਤੇ ਉਦੋਂ ਬੜਾ ਯਾਰ ਮਿਲਿਆ।
को पौना बड़ा औखा है यार दा जमाल रोको पौना बड़ा औखा है दुनिया ही सौखी है जय करा बाबा बुलंदी शाह सरकार दा।